ਸਸਿਕਲ ਦੋਸਤੋ ਮੈਂ ਤੁਹਾਡਾ ਆਪਣਾ ਮਨਦੀਪ ਖਰਮੀ ਹਮਦਪੁਰਾ ਪਾਇਂਦਰੀਆ ਯੂਕੇ ਦੇ ਮੰਚ ਤੇ ਤੁਹਾਡਾ ਸਵਾਗਤ ਹੈ ਅਸੀਂ ਅਕਸਰ ਹੀ ਕਿਸੇ ਨਾ ਕਿਸੇ ਰੋਸ਼ਨ ਦਿਮਾਗ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਵਾਉਂਦੇ ਰਹਿੰਨੇ ਆ ਕਿਉਂਕਿ ਕੁਝ ਸ਼ਖਸੀਅਤਾਂ ਇਹੋ ਜਿਹੀਆਂ ਹੁੰਦੀਆਂ ਨੇ ਜੋ ਆਪਣੇ ਪਰਿਵਾਰ ਦੇ ਨਾਲ ਨਾਲ ਸਮਾਜ ਦੇ ਲਈ ਇੱਕ ਰਾਜਦੂਤ ਦਾ ਕੰਮ ਕਰਦੀਆਂ ਨੇ ਪੰਜਾਬ ਦੀ ਧਰਤੀ ਤੋਂ ਉੱਠ ਕੇ ਆਏ ਇੱਕ ਇਨਸਾਨ ਨੇ ਬਹੁਤ ਵੱਡਾ ਕੀਰਤੀਮਾਨ ਸਥਾਪਿਤ ਕੀਤਾ ਉਹਨਾਂ ਦਾ ਨਾਮ ਹੈ ਸ਼੍ਰੀ ਵੀਰਿੰਦਰ ਸ਼ਰਮਾ ਜੀ ਮੇਰੇ ਨਾਲ ਵੀਰਿੰਦਰ ਸ਼ਰਮਾ ਜੀ ਨੇ ਜਿਨ੍ਹਾਂ ਨੇ ਯੂਕੇ ਦੀ ਰਾਜਨੀਤੀ ਦੇ ਵਿੱਚ ਆਪਣਾ ਵੱਡਾ ਯੋਗਦਾਨ ਪਾਇਆ ਸ਼ਰਮਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪੰਜ ਦਰਾ ਦੇ ਸਟੂਡੀਓ ਚ ਥੈਂਕ ਯੂ ਵੈਰੀ ਮਚ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਜਿਹੜੀ ਅੱਜ ਦੀ ਗੱਲਬਾਤ ਆ ਉਹਦੇ ਲਈ ਪਹਿਲੀ ਗੱਲ ਇਹ ਕਿ ਇੱਕ ਚਰਚਾ ਆ ਰਹੀ ਹੈ ਕਿ ਜਿਹੜੀਆਂ ਇਸ ਵਾਰ ਦੀਆਂ ਐਮਪੀ ਇਲੈਕਸ਼ਨ ਜਾ ਰਹੀਆਂ ਉਹਦੇ ਵਿੱਚ ਵੀਰਿੰਦਰ ਸ਼ਰਮਾ ਜੀ ਪੈਰ ਪਛਾਣ ਹਟਾ ਕੇ ਕੀ ਵਜ੍ਹਾ ਬਣੀ ਆਪਣੀ 55 ਸਾਲ ਦੀ ਪਬਲਿਕ ਸਰਵਿਸ ਤੋਂ ਜੀ ਐਕਟਿਵ ਪਬਲਿਕ ਸਰਵਿਸ ਤੋਂ ਰਿਟਾਇਰਮੈਂਟ ਲਈ ਰਿਟਾਇਰਮੈਂਟ ਲਈ ਠੀਕ ਹੈ ਪੈਰ ਨਹੀਂ ਖਿੱਚੇ ਠੀਕ ਠੀਕ ਹੈ ਜੀ ਰਿਟਾਇਰਮੈਂਟ ਲਈ ਹੈ ਤੇ ਉਹ ਇੱਕ ਮੇਰੇ ਆਪਣੀ ਸੋਚ ਦੇ ਮੁਤਾਬਕ ਜੀ ਮੈਂ ਸਮਝਦਾ ਕਿ ਹੁਣ ਸਹੀ ਵਕਤ ਹੈ ਜੀ ਮੇਰੇ ਸਾਹਮਣੇ ਠੀਕ ਤੇ ਇਹ ਮੈਂ ਫੈਸਲਾ ਕੀਤਾ ਤੇ ਇਸ ਕਰਕੇ ਮੈਂ ਜਿਹੜੀਆਂ 4 ਜੁਲਾਈ ਨੂੰ ਇਲੈਕਸ਼ਨਾਂ ਹੋ ਰਹੀਆਂ ਜੀ ਉਹਦੇ ਵਿੱਚ ਮੈਂ ਕੈਂਡੀਡੇਟ ਨਹੀਂ ਆ ਸੋਲੇ ਤੇ ਜੇ ਮੈਂ ਮੰਨ ਲਉ ਆਪਾਂ ਭਾਈਚਾਰੇ ਦੇ ਵਿੱਚ ਤੁਸੀਂ ਲਗਦਾਗਾ ਧਾਰ ਇੱਕ ਤਰ੍ਹਾਂ ਪੰਜ ਵਾਰ ਪ੍ਰਤੀਨਿਧਤਾ ਕੀਤੀ ਆ ਐਮਪੀ ਵਜੋਂ ਜਿੱਤੇ ਹੋ ਤੁਸੀਂ ਤੇ ਭਾਈਚਾਰੇ ਦਾ ਕੋਈ ਗਿਲਾ ਨਹੀਂ ਇਸ ਗੱਲ ਤੇ ਕਿ ਸ਼ਰਮਾ ਜੀ ਨੇ ਜਿਹੜੀ ਭਾਈਚਾਰੇ ਦੇ ਤੌਰ ਤੇ ਉਹ ਪ੍ਰਤੀਨਿਧੀ ਤੇ ਉਹਨਾਂ ਨੇ ਹੋਰ ਦੀ ਝੋਲੀ ਚ ਪਾਤੀ ਦੇਖੋ ਵਕਤ ਆਉਂਦਾ ਜਦੋਂ ਤੁਹਾਨੂੰ ਜਗ੍ਹਾ ਛੱਡਣੀ ਪੈਂਦੀ ਹੈ ਜੀ ਜਿੰਦੋਂ ਨਵੀਂ ਸੋਚ ਨੂੰ ਅੱਗੇ ਲਿਆਉਣਾ ਪੈਂਦਾ ਜੀ ਜੀ ਮੈਂ ਸਮਝਦਾ ਕਿ ਮੇਰੇ ਕਾਉਂਸਲ ਸਾਹ ਦੇ ਵਿੱਚ ਜਿਸ ਤਰ੍ਹਾਂ ਪੰਜ ਵਾਰ ਮੈਂ ਮੈਂਬਰ ਆਫ ਪਾਰਲੀਮੈਂਟ ਰਿਹਾ ਦੋ ਪਹਿਲਾਂ 7 ਵਾਰ ਮੈਂ ਕਾਉਂਸਲਰ ਰਿਹਾ ਪੋਲਿਟਿਕਲ ਲਾਈਫ ਦੇ ਵਿੱਚ ਮੈਂ ਐਕਟਿਵ ਰਿਹਾ ਜੀ ਤੇ ਮੈਂ ਹੁਣ ਮਹਿਸੂਸ ਕਰਦਾ ਸੀ ਜਿਸ ਤਰ੍ਹਾਂ ਅਸੀਂ ਪੰਜਾਬੀ ਚ ਕਹਿੰਦੇ ਆ ਕਿ ਭਰਿਆ ਮੇਲਾ ਛੱਡ ਦੇਣਾ ਚਾਹੀਦਾ ਹਾਂ ਜੀ ਇਹ ਮੇਲੇ ਨੂੰ ਉਜਾੜ ਕੇ ਨਹੀਂ ਜਾਣਾ ਚਾਹੀਦਾ ਮੈਂ ਆਪਣੇ ਵੱਲੋਂ ਭਰਿਆ ਮੇਲਾ ਛੱਡ ਕੇ ਸਾਡੀ ਪਾਰਟੀ ਵੱਲੋਂ ਇੱਕ ਅੱਛੇ ਕੈਂਡੀਡੇਟ ਦੀ ਚੋਣ ਦੇ ਬਾਅਦ ਮੈਂ ਐਲਾਨ ਕੀਤਾ ਠੀਕ ਹੈ ਅਕਸਰੀ ਜਿਵੇਂ ਆਪਾਂ ਸਿਆਸਤ ਦੇ ਵਿੱਚ ਕਿਹਾ ਜਾਂਦਾ ਹੈ ਕਿ ਜਿਹੜਾ ਬੰਦਾ ਤਾਂ ਕੁਰਸੀ ਛੱਡਣ ਨੂੰ ਫਿਰਦਾ ਹੁੰਦਾ ਪਰ ਕੁਰਸੀ ਬੰਦੇ ਨੂੰ ਨਹੀਂ ਛੱਡਦੀ ਤੁਸੀਂ ਇਹ ਬਹੁਤ ਵੱਡਾ ਫੈਸਲਾ ਲਿਆ ਕਿਉਂਕਿ ਕੋਈ ਵੇਲਾ ਸੀ ਜਦੋਂ 1968 ਦੇ ਵਿੱਚ ਵਿਰਿੰਦਰ ਸ਼ਰਮਾ ਜੀ ਨੇ ਯੂਕੇ ਦੀ ਧਰਤੀ ਤੇ ਪੈਰ ਪਾਇਆ ਸੀ ਉਹ ਸਫ਼ਰ ਹੁਣ ਤੱਕ ਦਾ ਕਿਵੇਂ ਰਿਹਾ ਕਿਵੇਂ ਮਹਿਸੂਸ ਕਰਦੇ ਹੋ ਸਫ਼ਰ ਦੇਖੋ ਹਰ ਸਫ਼ਰ ਹਾਂਜੀ ਸੁੱਖਾਂ ਤੇ ਦੁੱਖਾਂ ਦਾ ਭਰਿਆ ਹੁੰਦਾ ਸੁਮੇਲ ਹੁੰਦਾ ਜਦੋਂ ਤੁਸੀਂ ਸਫਰ ਤੇ ਚੱਲ ਪੈਂਦੇ ਹਾਂ ਜੀ ਜਾਂ ਉਹਦੇ ਵਿੱਚ ਤੁਹਾਨੂੰ ਕੋਈ ਨਹੀਂ ਪਤਾ ਹੁੰਦਾ ਕਿ ਆਉਣ ਵਾਲੀ ਜਗ੍ਹਾ ਦੇ ਉੱਤੇ ਨਵੀਂ ਜਗ੍ਹਾ ਦੇ ਉੱਤੇ ਤੁਹਾਨੂੰ ਕੀ ਮਿਲਣਾ ਜੀ ਅਸੀਂ ਜਾਂ ਮੇਰੇ ਨਾਲ ਦੇ ਮੇ ਤੋਂ ਪਹਿਲਾਂ ਤੇ ਬਾਅਦ ਦੇ ਵਿੱਚ ਜਿੰਨੇ ਵੀ ਲੋਕ ਆਏ ਨੇ ਸਾਰੇ ਅਸੀਂ ਫਾਈਨੈਂਸ਼ੀਅਲ ਡਿਫਿਕਲਟੀਜ਼ ਨੂੰ ਜੀ ਪਾਰਦੇ ਹੋਇਆ ਜੀ ਅਸੀਂ ਆਏ ਆ ਕਿ ਅੱਛੀ ਜ਼ਿੰਦਗੀ ਹੋ ਜਾਏ ਕਿਉਂਕਿ ਉੱਥੇ ਦਾ ਜਿਹੜਾ ਮਾਹੌਲ ਸੀ ਪੰਜਾਬ ਦਾ ਜਾਂ ਭਾਰਤ ਦਾ ਉਸ ਵਕਤ ਦੇ ਵਿੱਚ ਜਦੋਂ ਮੈਂ ਆਇਆ ਮੈਂ ਇਹ ਮਹਿਸੂਸ ਕਰਦਾ ਸੀ ਕਿ ਇਦਾਂ ਦੇ ਬਾਤਾਵਰਨ ਦੇ ਵਿੱਚ ਮੇਰਾ ਜਿਹੜਾ ਆਉਣ ਵਾਲਾ ਤਾਂ ਵੇਖਾ ਉਹ ਬਹੁਤਾ ਸਾਫ਼ ਸੋਤਰਾ ਜਾਂ ਜ਼ਰਕਤ ਜਾਂ ਫਾਈਨੈਂਸ਼ਲੀ ਪੈਸੇ ਵੱਲੋਂ ਸੌਖਾ ਨਹੀਂ ਹੋਊਗਾ ਜੀ ਇੱਥੇ ਦਾ ਮਾਹੌਲ ਅੱਛਾ ਸੀ ਅਸੀਂ ਉਸ ਇਕਨੋਮਿਕ ਭੁੱਖ ਨੂੰ ਪੂਰਾ ਕਰ ਲਈ ਜਿਹੜੀ ਪੈਸੇ ਦੀ ਥੋੜੀ ਉਹਨੂੰ ਪੂਰਾ ਕਰਨ ਲਈ ਅਸੀਂ ਇਸ ਮੁਲਕ ਚ ਆਏ ਹਾਂ ਜੀ ਇਹ ਇਤੋਂ ਇੱਕ ਗੱਲ ਸਪਸ਼ਟ ਜ਼ਾਹਿਰ ਹੁੰਦੀ ਹੈ ਕਿ ਉੱਥੇ ਦਾ ਜਿਹੜਾ ਮਾਹੌਲ ਸੀ ਪਾਵੇਂ ਉਹ ਇਕਨੋਮਿਕ ਸੀ ਸੋਸ਼ਲ ਸੀ ਉਹ ਮੇਰੀ ਸੋਚ ਦੇ ਮੁਤਾਬਕ ਨਹੀਂ ਸੀ ਜੀ ਜੀ ਮੈਂ ਉੱਥੋਂ ਨਿਕਲ ਕੇ ਇੱਥੇ ਅੱਛਾ ਪੈਸਾ ਕਮਾਉਣ ਅੱਛੀ ਐਜੂਕੇਸ਼ਨ ਤੇ ਅੱਛੀ ਜ਼ਿੰਦਗੀ ਲਈ ਇਸ ਮੁਲਕ ਚ ਆਏ ਸੀ ਤਾਂ ਇੱਥੇ ਦੇ ਮੁਲਕ ਦੇ ਵਿੱਚ ਮੈਂ ਆ ਕੇ ਆਪਣੇ ਆਪ ਨੂੰ ਇਨਵੋਲ ਕਰ ਲਿਆ ਤੁਸੀਂ ਇੱਥੇ ਆ ਕੇ ਜਿਹੜੀ ਬੱਸ ਕੰਡਕਟਰ ਦੇ ਤੌਰ ਤੇ ਆਪਣੀ ਸ਼ੁਰੂਆਤ ਕੀਤੀ ਹੈ ਨਾ ਉਸ ਤੋਂ ਬਾਅਦ ਅਚਾਨਕ ਹੀ ਬੱਸ ਕੰਡਕਟਰ ਦੀ ਨੌਕਰੀ ਤੋਂ ਬਾਅਦ ਕਿਉਂਕਿ ਕਹਿੰਦੇ ਹੁੰਦੇ ਆ ਵੀ ਪੈਸੇ ਕਮਾਉਣ ਨੂੰ ਡਾਕਟਰੀ ਮਾਸਟਰੀ ਤੇ ਧੱਕੇ ਖਾਣ ਨੂੰ ਕੰਡਕਟਰ ਹੀ ਰਹਿ ਜਾਂਦੀ ਹੈ ਪਰ ਇੱਥੇ ਬਹੁਤ ਵਧੀਆ ਹਾਲਾਤ ਆ ਬਹੁਤ ਹੀ ਰਿਸਪੈਕਟਡ ਜੌਬ ਆ ਪਰ ਉਸ ਤੋਂ ਬਾਅਦ ਇੱਕੇ ਦਮ ਜਿਹੜਾ ਤੁਹਾਡਾ ਮੋੜ ਕੱਟਿਆ ਗਿਆ ਰਾਜਨੀਤੀ ਵੱਲ ਨੂੰ ਉਧਰ ਨੂੰ ਕਿਵੇਂ ਆ ਗਏ ਦੇਖੋ ਜਦੋਂ ਮੈਂ ਆਇਆ ਹੋਰ ਵੀ ਲੋਕ ਆਏ ਜਿਸ ਤਰ੍ਹਾਂ ਮੈਂ ਕਿਹਾ ਅਸੀਂ ਇਕਨੋਮਿਕ ਮਾਈਗ੍ਰੈਂਟ ਸੀ ਕਿ ਪੈਸਾ ਕਮਾਉਣ ਦੀ ਸਾਡੀ ਇੱਕ ਭੁੱਖ ਸੀ ਕਿ ਇਸ ਪੈਸੇ ਨੂੰ ਅਸੀਂ ਕਿਦਾਂ ਵੱਧ ਤੋਂ ਵੱਧ ਕਮਾਈਏ ਔਰ ਲੋਕਾਂ ਨੇ ਇੱਕ ਰਸਤਾ ਚੁਣ ਲਿਆ ਜੀ ਹਰ ਬੰਦਾ ਨੌਕਰੀ ਪਾਰਟ ਟਾਈਮ ਕੰਮ ਨਾਲ ਐਕਸਟਰਾ ਕੰਮ ਦੋ ਦੋ ਜੌਬਸ ਓਵਰਟਾਈਮ ਫੈਮਲੀ ਨੇ ਵੀ ਜੌਬਸ ਕਰਨੀਆਂ ਜੀ ਕਿਉਂਕਿ ਉਹ ਪੈਸੇ ਦੀ ਥੋੜ ਨੂੰ ਉਹ ਮਹਿਸੂਸ ਕਰਦੇ ਸੀ ਜੀ ਮੈਂ ਉਦੋਂ ਦੇ ਸਿਆਸੀ ਪੋਲਿਟੀਕਲ ਤੇ ਸੋਸ਼ਲ ਜਿਹੜਾ ਵਾਤਾਵਰਣ ਸੀ ਉਹਦੇ ਵਿੱਚ ਮੈਂ ਮਹਿਸੂਸ ਕੀਤਾ ਕਿ ਸਾਡੇ ਨਾਲ ਇੱਥੇ ਬਹੁਤ ਵੱਡਾ ਵਿਤਕਰੇ ਹੋ ਰਿਹਾ ਹੈ ਸਾਨੂੰ ਜਿਹੜੀਆਂ ਸਾਡੀ ਆਪਣੀ ਅਕਲ ਦੇ ਮੁਤਾਬਕ ਜਾਂ ਸਾਡੀ ਕੁਆਲਿਫਿਕੇਸ਼ਨ ਦੇ ਮੁਤਾਬਕ ਸਾਨੂੰ ਉਹ ਸਹੂਲਤਾਂ ਨਹੀਂ ਮਿਲ ਰਹੀਆਂ ਜਿਹੜੀਆਂ ਅਸੀਂ ਜਿੱਦ ਨੂੰ ਲੈ ਸਕਦੇ ਹਾਂ ਜੀ ਜਿੱਦਾਂ ਜੌਬਸ ਦੇ ਉੱਪਰ ਪ੍ਰੋਮੋਸ਼ਨ ਦੀ ਗੱਲ ਆਉਂਦੀ ਹੈ ਪਹਿਲੀ ਗੱਲ ਜੌਬਸ ਲੈਣ ਦੀ ਗੱਲ ਆਉਂਦੀ ਹੈ ਤੇ ਮੈਂ ਉਹ ਇਸ ਸਾਈਡ ਨੂੰ ਤਰਪਿਆ ਕਿ ਭਈ ਇਹ ਵੀ ਜਿਹੜੀਆਂ ਸਾਡੀਆਂ ਮੁਸ਼ਕਲਾਂ ਇਹਦੇ ਬਾਰੇ ਵੀ ਸਾਨੂੰ ਆਵਾਜ਼ ਉਠਾਉਣੀ ਚਾਹੀਦੀ ਹੈ। ਆਵਾਜ਼ ਉਠਾਉਣੀ ਪੈਣੀ ਹੈ। ਉਹਦੇ ਆਵਾਜ਼ ਉਠਾਉਣ ਦੇ ਵਿੱਚ ਬਹੁਤੇ ਲੋਕ ਐਂਡ ਮੈਨੂ ਉਹਦੇ ਵਿੱਚ ਕੁਝ ਝਿਜਕ ਨਹੀਂ। ਨਾ ਇਹਨੂੰ ਮੈਕ੍ਰਿਟਿਸਿਜ਼ਮ ਵੀ ਨੇ ਕਹਿੰਦਾ। ਬਹੁਤੇ ਲੋਕ ਆਪਣੀ ਜਿਹੜੀ ਉਹ ਧਾਰਮਿਕ ਉਸ ਉੱਥੇ ਦੀ ਭੁੱਖ ਸੀ ਉਹਨੂੰ ਗੁਰਦੁਆਰੇ ਮੰਦਰ ਮਸਜਿਦਾਂ ਰਾਹੀਂ ਪੂਰੇ ਕਰਦੇ ਸੀ। ਜੀ। ਉਹ ਲੋਕ ਸਮਝਦੇ ਕਿ ਸਾਡੀ ਜਿਹੜੀਆਂ ਮੁਸ਼ਕਲਾਂ ਆ ਇੱਥੇ ਪੂਰੀਆਂ ਹੋਣਗੀਆਂ ਮੇਰੀ ਇਹ ਸੋਚ ਸੀ ਕਿ ਨਹੀਂ ਸਾਡੀਆਂ ਮੁਸ਼ਕਲਾਂ ਇੱਥੇ ਦੇ ਸਿਸਟਮ ਦੇ ਵਿੱਚ ਰਲ ਕੇ ਜੀ ਉਹਨਾਂ ਲੋਕਾਂ ਦੇ ਨਾਲ ਮਿਲ ਕੇ ਜਿਹੜੇ ਇਕੁਐਲਿਟੀ ਲਈ ਬਰਾਬਰਤਾ ਦੀ ਲੜਾਈ ਲੜਦੇ ਆ ਸਾਨੂੰ ਉਹਨਾਂ ਨਾਲ ਜੁੜਨਾ ਚਾਹੀਦਾ ਜੀ ਮੈਂ ਉਹਨਾਂ ਨਾਲ ਜੁੜਿਆ ਉਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਲੜਾਈ ਦੇ ਮੋਰੇ ਸੀਗੇ ਉਹ ਇੱਥੇ ਦੀ ਟ੍ਰੇਡ ਯੂਨੀਅਨ ਮੂਵਮੈਂਟ ਸੀ ਜੀ ਮੈਨੂੰ ਮੌਕਾ ਮਿਲਿਆ ਮੈਂ ਟ੍ਰੇਡ ਯੂਨੀਅਨ ਦੇ ਵਿੱਚ ਇਨਵੋਲਵ ਹੋ ਗਿਆ ਉੱਥੇ ਮੈਨੂੰ ਮੇਰੀ ਗੱਲਬਾਤ ਨੂੰ ਜਾਂ ਇਹਦੇ ਵਿੱਚ ਤੁਸੀਂ ਕਿਸਮਤ ਕਰ ਲਓ ਹਾਂਜੀ ਮੈਨੂੰ ਟ੍ਰੇਡ ਯੂਨੀਅਨ ਦੇ ਵਿੱਚ ਅੱਛਾ ਰੋਲ ਪਲੇ ਕਰਨੇ ਦਾ ਮੌਕਾ ਮਿਲ ਗਿਆ ਠੀਕ ਠੀਕ ਇਹਦੇ ਨਾਲ ਮੈਨੂੰ ਜਿਹੜੀ ਫਾਈਨੈਂਸ਼ੀਅਲ ਡਿਫਿਕਲਟੀ ਸੀ ਉਹ ਵੀ ਪੂਰੀ ਹੋ ਗਈ ਕਿਉਂਕਿ ਤਨਖਾਹ ਮਿਲਦੀ ਸਮਾਜ ਦੇ ਵਿੱਚ ਵੀ ਆਗੇ ਸਮਾਜ ਦੇ ਵਿੱਚ ਆਗੇ ਲੇਕਿਨ ਮੈਂ ਉਹ ਇਸ਼ੂਜ਼ ਨੂੰ ਜਿਹੜੇ ਵਾਈਡਰ ਕਮਿਊਨਿਟੀ ਦੇ ਸੀ ਜੀ ਧਾਰਮਿਕ ਪੱਖੋਂ ਨਹੀਂ ਮੈਂ ਉਹਨਾਂ ਇਸ਼ੂਸ ਤੇ ਘਟ ਗਿਆ ਜਿਹੜੇ ਧਾਰਮਿਕ ਪੱਖੋਂ ਸੀ। ਜੀ। ਮੈਂ ਉਹਨਾਂ ਇਸ਼ੂਸ ਤੇ ਘਟ ਗਿਆ ਜਿਹੜੇ ਓਵਰਸੀਜ਼ ਇਸ਼ੂ ਸੀਗੇ। ਜੀ। ਮੈਂ ਜਿਹੜੇ ਇੱਥੇ ਇਸ ਮੂਲਕ 'ਚ ਰਹਿੰਦੇ ਹੋਏ ਸਾਡੀ ਨੌਜਵਾਨ ਪੀੜ੍ਹੀ ਨੂੰ, ਸਾਡੇ ਬੱਚਿਆਂ ਨੂੰ, ਸਾਡੇ ਬਜ਼ੁਰਗਾਂ ਨੂੰ ਜਾਂ ਜਿਹੜੇ ਕਾਮੇ ਸੀਗੇ ਉਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਸੀ। ਬ੍ਰਿਟਨ ਦੇ ਵਿੱਚ ਰਹਿੰਦੇ ਹੋਏ ਮੈਂ ਉਹਨਾਂ ਤੇ ਫੋਕਸ ਆਵਾਜ਼ ਕੀਤੀ, ਉਹਨਾਂ ਤੇ ਆਵਾਜ਼ ਉਠਾਈ ਅਨਪਰਾਇਵਮੈਂਟ ਤੇ ਹਾਊਸਿੰਗ ਇਸ਼ੂ, ਬੱਸਿੰਗ ਇਸ਼ੂ ਐਜੂਕੇਸ਼ਨ ਦਾ ਇਸ਼ੂ ਉਹਦੇ ਵਿੱਚ ਸਾਡਾ ਜ਼ੁਬਾਨ ਦਾ ਇਸ਼ੂ ਉਹਨਾਂ ਤੇ ਮੈਂ ਇੱਥੇ ਕੰਮ ਕੀਤਾ ਉਹਦੇ ਵਿੱਚ ਉਸ ਮੂਵਮੈਂਟ ਦੇ ਵਿੱਚ ਚੱਲਦੇ-ਚੱਲਦੇ ਮੈਨੂੰ ਮੌਕਾ ਮਿਲ ਗਿਆ ਪੋਲਿਟੀਕਲ ਪਾਰਟੀ ਦੇ ਵਿੱਚ ਜਾਣ ਦਾ ਜੀ ਪੋਲਿਟੀਕਲ ਪਾਰਟੀ ਜਾ ਕੇ ਕਾਉਂਸਲਰ ਬਣਨੇ ਦਾ ਮੌਕਾ ਮਿਲ ਗਿਆ ਕਾਉਂਸਲਰ ਬਣ ਤੋਂ ਬਾਅਦ ਐਮਪੀ ਦਾ ਮੌਕਾ ਮਿਲ ਗਿਆ ਲੇਕਿਨ ਉਹ ਪੋਲਿਟੀਕਲ ਪਾਰਟਿਸਪੇਸ਼ਨ ਤੋਂ ਬਾਅਦ ਮਿਲਿਆ ਲੇਕਿਨ ਮੈਂ ਇਹ ਜ਼ਰੂਰ ਤੁਹਾਡੇ ਰਾਹੀਂ ਕਹਿਣਾ ਚਾਹੁੰਦਾ ਕਿ ਮੇਰੀ ਜਿਹੜੀ ਸੋਚ ਵਾਈਡਰ ਸੋਸਾਇਟੀ ਲਈ ਜੀ ਜੀ ਇੱਕ ਪਾਰਟਿਕੂਲਰ ਕਮਿਊਨਿਟੀ ਲਈ ਕਦੀ ਨਹੀਂ ਰਹੀ ਠੀਕ ਹੈ ਸ਼ਰਮਾ ਜੀ ਇੱਕ ਨਾ ਸਵਾਲ ਆ ਜਿਹੜਾ ਉਹ ਹਰ ਪੰਜਾਬੀ ਯਾਰ ਹਰ ਭਾਰਤੀ ਦੇ ਦਿਮਾਗ ਚ ਚੁੰਦਾ ਹੈ ਖਾਸ ਕਰਕੇ ਕਿਉਂਕਿ ਆਪਾਂ ਫਿਰ ਵੀ ਭਾਰਤ ਜਾਂ ਪੰਜਾਬ ਨਾਲ ਜੁੜੇ ਰਹਿੰਦੇ ਆ ਸਾਡੇ ਪਰਿਵਾਰ ਉੱਥੇ ਆ ਜਦੋਂ ਸਿਆਸਤ ਦੀ ਗੱਲ ਤੁਰਦੀ ਆ ਅਸੀਂ ਦੇਖਦੇ ਆ ਕਿ ਉੱਥੋਂ ਦੇ ਜਿਹੜੇ ਐਮਪੀ ਆ ਐਮਐਲਏ ਆ ਇੱਥੋਂ ਕਿ ਜਿਹੜੇ ਹੀਟਲੇ ਵੀ ਆ ਉਹ ਵੀ ਸਰਕਾਰੀ ਲਾਮ ਲਾਸ਼ਕਰ ਜਾਂ ਸੁਰੱਖਿਆ ਕਰਮਚਾਰੀਆਂ ਤੋਂ ਬਿਨਾ ਨਹੀਂ ਤੁਰਦਾ ਚਾਹੇ ਉਹਨੂੰ ਟੌਰ ਕਹੋ ਜਾਂ ਡਰ ਕਹੋ ਤੇ ਇਹ ਵੀ ਲੋਕਾਂ ਦੇ ਵਿੱਚ ਸਵਾਲ ਇਹ ਹੁੰਦਾ ਹੈ ਕਿ ਜਿਹੜੇ ਵਿਦੇਸ਼ਾਂ ਦੇ ਵਿੱਚ ਐਮਪੀ ਆ ਐਮਐਲਏ ਜਾਂ ਜਾਂ ਕੋਈ ਹੋਰ ਸਿਆਸੀ ਅਹੁਦਿਆਂ ਤੇ ਬੈਠੇ ਲੋਕ ਆ ਵੀ ਜਦੋਂ ਦੇਸ਼ ਦੇ ਵਿੱਚ ਆਉਂਦੇ ਆ ਆਪਣੀ ਜਨਮ ਭੂਮੀ ਤੇ ਆਉਂਦੇ ਆ ਕੀ ਉਹ ਜਿਹੜਾ ਪ੍ਰੋਟੋਕਾਲ ਮੁਤਾਬਕ ਆਪਦੀ ਸੁਰੱਖਿਆ ਲੈਂਦੇ ਆ ਜੇ ਲੈਂਦੇ ਆ ਤਾਂ ਤੁਸੀਂ ਕਿੰਨੇ ਵਾਰ ਸੁਰੱਖਿਆ ਲਈ ਆ ਹੁਣ ਤੱਕ ਦੇਖੋ ਇਹ ਪੰਜਾਬ ਸਰਕਾਰ ਨੇ ਖਾਸ ਤੌਰ ਤੇ ਜੀ ਇਹਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਜਦੋਂ ਚੀਫ ਮਿਨਿਸਟਰ ਸੀਗੇ ਉਹਨਾਂ ਨੇ ਕਾਸਟ ਹortic ਲੇਕਿਨ ਬਾਜਪਾਈ ਜੀ ਨੇ ਵੀ ਇੱਕ ਸਟੈਬਲਿਸ਼ ਕਰਤਾ ਸੀ ਪ੍ਰੈਕਟਿਸ ਕਿ ਜਦੋਂ ਕੋਈ ਬਾਹਰਲੇ ਮੁਲਕਾਂ ਦੇ ਵਿੱਚ ਇੰਡੀਅਨ ਇਲੈਕਟਿਡ ਮੈਂਬਰ ਜੀ ਹੁੰਦਾ ਜਿਦਾ ਤੁਸੀਂ ਕਹੇ ਐਮਐਲਏ ਜਾਂ ਐਮਪੀ ਬਗਾਰਾ ਹੁੰਦੇ ਕਈ ਲੋਕਾਂ ਨੇ ਤੇ ਆ ਜੇ ਕਾਉਂਸਲਰ ਵੀ ਹੋਦੇ ਫਾਇਦੇ ਉਠਾਏ ਆ ਲੇਕਿਨ ਮੇਨਲੀ ਉਹ ਫੋਕਸ ਸੀ ਐਮਪੀਜ਼ ਤੇ ਜੀ ਕਿ ਜਦੋਂ ਵੀ ਇਥੇ ਆਉਣ ਤੇ ਆਪਣੀ ਰਿਕਵੈਸਟ ਭੇਜਣ ਤੇ ਉਹਨਾਂ ਨੂੰ ਉਹ ਹਰ ਪ੍ਰੋਟੋਕੋਲ ਦਿੱਤਾ ਜਾਵੇ ਜੇ ਲਾ ਕੋਨਾਂ ਦੀ ਕਾਰ ਸੈਲੀ ਟ੍ਰੈਵਲਿੰਗ ਦੀ ਫੈਸਿਲਿਟੀ ਰੈਂਡ ਦੀ ਫੈਸਿਲਿਟੀ ਤੇ ਜੋ ਦੀਆਂ ਆਮ ਫੈਸਿਲਿਟੀਆਂ ਹੁੰਦੇ ਹੁੰਦੇ 2-4 ਤੇ 2-4 ਦਿਨਾਂ ਲਈ ਉਹ ਇਹਨਾਂ ਨੂੰ ਦਿੱਤੀਆਂ ਜਾਣ ਲੇਕਿਨ ਮੈਨੂੰ ਨਾ ਤਾਂ ਜ਼ਰੂਰਤ ਮਹਿਸੂਸ ਹੋਈ ਜਾਂ ਇਹ ਸਮਝ ਲਓ ਕਿ ਮੈਂ ਪੋਲੀਟੀਕਲ ਤੌਰ ਤੇ ਨੂੰ ਗਲਤ ਸੰਵਿਧਾਨਿਕ ਇਹ ਹੁੰਦਾ ਦੇ ਉੱਤੇ ਭਾਰ ਬਣਨਾ ਦੂਜੇ ਮੁਲਕ ਦੀ ਸਰਕਾਰ ਦੇ ਉੱਤੇ ਭਾਰ ਬਣਨਾ ਲੋਕਾਂ ਤੇ ਬਣਦਾ ਅਸਲ ਸਰਕਾਰ ਤੇ ਤਾਂ ਨਹੀਂ ਬਣਦਾ ਲੋਕਾਂ ਦੇ ਟੈਕਸ ਦੇ ਉਹ ਤਾਂ ਬਾਅਦ ਦੀ ਗੱਲ ਹੈ ਨੇ ਕਿ ਰੂਣਾ ਦੇ ਫਾਇਦੇ ਲੈਣੇ ਉਹਨਾਂ ਸਰਕਾਰਾਂ ਦੇ ਫੈਸਿਲਿਟੀਆਂ ਨੂੰ ਐਕਸੈਪਟ ਕਰਕੇ ਬੱਜਣਾ ਮੈਂ ਉਹ ਕਦੀ ਆਪਣੇ ਤੌਰ ਤੇ ਨਾ ਮੈਂ ਕਦੀ ਟਰੈਵਲਿੰਗ ਦੀ ਫੈਸਿਲਿਟੀ ਲਈ ਉਹਨਾਂ ਤੋਂ ਨਾ ਕਦੀ ਕਾਰ ਬੋਰੋ ਕੀਤੀ ਉਹਨਾਂ ਦੀ ਨਾ ਕਿਸੇ ਉਹਨਾਂ ਦੇ ਕਹੇ ਤੇ ਹੋਟਲ 'ਚ ਠਹਿਰਿਆ ਲੇਕਿਨ ਮੇਰੇ ਕੋਲ ਮੇਰੀ ਭੈਣਾ ਮੇਰੇ ਭਰਾ ਮੇਰੇ ਦੋਸਤ ਏਡਾ ਕੁ ਮੇਰਾ ਸਰਕਤ ਸੀ ਉੱਥੇ ਔਰ ਅੱਜ ਵੀ ਹੈ ਜਿਨ੍ਹਾਂ ਦੇ ਕੋਲ ਜਾ ਕੇ ਮੈਂ ਰਾਤ ਰਹਿਣਾ ਪੁਰਾਣੀਆਂ ਗੱਲਾਂ ਬਾਤਾਂ ਕਰਨਾ ਜਦੋਂ ਮੈਂ ਆਪਣੀ ਭੈਣ ਕੋਲ ਚੰਡੀਗੜ੍ਹ ਜਾਣਾ ਮੇਰੇ ਚਾਚਾ ਜੀ ਦੀ ਲੜਕੀ ਆ ਤਾਂ ਅਸੀਂ ਪਿੰਡ ਦੀਆਂ ਜਦੋਂ ਅਸੀਂ ਛੋਟੇ ਹੁੰਦੇ ਸੀ ਉਦਾਂ ਦੇ ਉਹ ਗੱਲਾਂ ਕਰਦੇ ਆ ਉਹ ਯਾਦਾਂ ਆ ਜਾਂਦੀਆਂ ਜਦੋਂ ਕਿਸੇ ਦੋਸਤ ਮਿੱਤਰ ਦੇ ਕੋਲ ਘਰ ਜਾ ਕੇ ਬੈਠਦਾ ਉਹਨਾਂ ਬੱਚਿਆਂ ਦੇ ਨਾਲ ਬੈਠ ਕੇ ਮੈਂ ਜਦੋਂ ਗੱਲਾਂ ਕਰਦਾ ਕਿ ਜਦੋਂ ਮੈਂ ਆੜੀ ਸਕੂਲ ਪੜਦਾ ਸੀ ਜਦੋਂ ਮੈਂ ਸਿਕ ਸਕੂਲ ਦਸਾਂਝ ਕਲਾ ਪੜਦਾ ਸੀ ਜਦੋਂ ਮੈਂ ਰਾਮਗੜੀਆ ਕਾਲਜ ਪੜਦਾ ਸੀ ਤੇਰਾ ਤੁਹਾਡਾ ਬਾਬਾ ਜਾਂ ਤੁਹਾਡਾ ਚਾਚਾ ਜਾਂ ਤਾਇਆ ਮੇਰੇ ਨਾਲ ਹੁੰਦੇ ਸੀ ਕਿੱਦਾਂ ਸੀ ਖੇਡਦੇ ਹੁੰਦੇ ਸੀ ਜਦੋਂ ਮੈਂ ਉਹ ਪੁਰਾਣੀਆਂ ਗੱਲਾਂ ਕਰਦਾ ਇੱਕ ਤਾਂ ਮੈਨੂੰ ਸਕੂਨ ਮਿਲਦਾ ਜੀ ਉਹਨਾਂ ਦੀ ਨੌਲੇਜ ਦੇ ਵਿੱਚ ਬਾਤਾਂ ਹੁੰਦਾ ਕਿ ਬਈ ਸਾਡੇ ਵਿੱਚੋਂ ਉੱਠ ਕੇ ਕੋਈ ਗਿਆ ਸਾਡੇ ਪਰਿਵਾਰ ਦੇ ਨਾਲ ਇਹ ਲਿੰਕ ਹੈ ਤੇ ਬਾਹਰਲੇ ਮੁਲਕ ਜਾ ਕੇ ਇਹਨਾਂ ਫਿਰ ਜਦੋਂ ਦੋਨਾਂ ਪਾਸੇ ਤੋਂ ਇੱਕ ਸੈਟੀਸਫੈਕਸ਼ਨ ਮਿਲਦੀ ਆ ਲੇਕਿਨ ਦਿਲੋਂ ਇਹ ਸਕੂਨ ਹੁੰਦਾ ਮੈਂ ਆਪਣੇ ਭੈਣ ਭਰਾ ਉਹਨਾਂ ਦੇ ਬੱਚਿਆਂ ਦੇ ਨਾਲ ਉਹਨਾਂ ਦੇ ਗ੍ਰੈਂਡਚਿਲਡਰਨ ਦੇ ਨਾਲ ਆਪਣਾ ਰਾਬਤਾ ਕਾਇਮ ਰੱਖਦਾ ਜੀ ਸ਼ਰਮਾ ਜੀ ਪਹਿਲਾਂ ਤਾਂ ਆਪਣੀ ਸਾਂਝ ਇਸ ਗੱਲ ਤੇ ਵੀ ਆ ਕਿ ਆਪਾਂ ਇੱਕ ਧਰਤੀ ਤੇ ਇੱਕ ਕਹਾਣੀ ਦੇ ਦੋ ਪਾਤਰ ਆ ਪਰ ਕਹਾਣੀ ਇੱਕੋ ਹੀ ਆ ਪ੍ਰਦੇਸੀ ਤੁਸੀਂ ਤੇ ਪ੍ਰਦੇਸੀ ਮੈਂ ਦੂਜੀ ਸਾਂਝ ਆਪਣੀ ਇਹ ਬਣੀ ਕਿ ਰਾਮਗੜੀਆ ਕਾਲਜ 'ਚ ਹੀ ਮੈਂ ਪੜਿਆ ਤੇ ਰਾਮਗੜੀਆ ਕਾਲਜ 'ਚ ਤੁਸੀਂ ਪੜਿਓ ਤੇ ਜਾਂਦੇ ਜਾਂਦੇ ਮੈਂ ਕਿਉਂਕਿ ਤੁਸੀਂ ਆਪਣੇ ਲਫਜਾਂ ਦੇ ਵਿੱਚ ਕਿ ਰਿਟਾਇਰਮੈਂਟ ਲਈ ਆ ਤੇ ਉਸ ਰਿਟਾਇਰਮੈਂਟ ਤੋਂ ਬਾਅਦ ਹੁਣ ਤੁਸੀਂ ਸਮਾਜ ਲਈ ਸਾਡੇ ਲੋਕਾਂ ਲਈ ਕੀ ਸੁਨੇਹਾ ਦਿਓਗੇ ਦੇਖੋ ਮੈਂ ਹਮੇਸ਼ਾ ਇਹ ਕਹਿਣਾ ਕਿ ਬ੍ਰਿਟਨ ਨੂੰ ਅਸੀਂ ਆਪਣਾ ਮੋਲਕ ਬਣਾ ਲਿਆ ਜੀ ਆਉਣ ਵਾਲੀ ਸਾਡੀ ਜਿਹੜੀਆਂ ਜਨਰੇਸ਼ਨ ਹੈ ਮੇਰੀ 3rd ਜਨਰੇਸ਼ਨ ਸਾਊਥ ਹਾਲਚ ਹੈ ਯਾ ਮੇਰੇ ਗ੍ਰੈਂਡਚਿਲਡਰਨ ਸਾਊਥ ਹਾਲਚ ਹੈ ਮੇਰੇ ਬੱਚਾ ਸਾਊਥ ਹਾਲਚ ਹੈ ਤੇ ਅਸੀਂ ਇਸ ਮੁਲਕ ਦੇ ਵਿੱਚ ਇਸ ਮੁਲਕ ਦੀ ਬਿਹਤਰੀ ਲਈਏ ਇਸ ਮੁਲਕ ਦੀ ਇਕਨੋਮਿਕ ਪ੍ਰੋਸਪਰਿਟੀ ਲਈ ਇੱਥੇ ਦੇ ਸੋਸ਼ਲ ਟਾਂਚੇ ਨੂੰ ਵਧੀਆ ਬਣਾਉਣ ਲਈ ਆਪਣਾ ਰੋਲ ਪਲੇ ਕਰੀਏ ਜੀ ਮੈਨੂੰ ਨਹੀਂ ਉਮੀਦ ਕਿ ਆਉਣ ਵਾਲੀਆਂ 5-7 ਪੋਸਟਾਂ ਤੱਕ ਸਾਨੂੰ ਵਾਪਸ ਭਾਰਤ ਜਾਣ ਦੀ ਲਾਲਸਾ ਪੈਦਾ ਹੋਊਗੀ ਕਿਉਂਕਿ 3rd ਜਨਰੇਸ਼ਨ ਤਾਂ ਹੁਣੇ ਨਹੀਂ ਜਾ ਕੇ ਰਾਜੀ ਕਿਉਂਕਿ ਉਹਨਾਂ ਨੂੰ ਉੱਥੇ ਦੇ ਵਾਤਾਵਰਣ ਦੇ ਵਿੱਚ ਲੈਂਗੁਏਜ ਦੇ ਵਿੱਚ ਜਾਂ ਉੱਥੇ ਦੇ ਹਾਲਾਤ ਦੇ ਵਿੱਚ ਉਹ ਨਹੀਂ ਦੇਲਟਾ ਲੋਕ ਐਂਡ ਦੇਲਟਾ ਸਪੀਨਿੰਗ ਉਥੇ ਦਾ ਵਾਤਾਵਰਨ ਵੀ ਇਦਾਂ ਦਾ ਣਕੂਲ ਨਹੀਂ ਜਿਸ ਤੇ ਤੁਹਾਨੂੰ ਗਿਆਨ ਨੂੰ ਕੌਨਫੀਡੈਂਸ ਹੋਵੇ ਕਿ ਬਈ ਮੈਂ ਇੱਥੇ ਸੇਫ ਹਾਂ ਮੇਰੇ ਇੱਥੇ ਸਿਕਿਉਰਿਟੀ ਹੈਗੀ ਆ ਤੇ ਇਸ ਕਰਕੇ ਮੈਂ ਸਮਝਦਾ ਕਿ ਇਸ ਮੁਲਕ ਤੇ ਰਹਿੰਦੇ ਹੋਏ ਜ਼ਿਆਦਾਤਰ ਟਾਈਮ ਇੱਛੇ ਲਾਓ ਇੱਛੇ ਦੇ ਮੁਲਕ ਦੀ ਬਿਹਤਰੀ ਦੇ ਵਿੱਚ ਆਪਣਾ ਹਿੱਸਾ ਪਾਓ ਜੇ ਦੇ ਵਿੱਚ ਆਪਣੀ ਜਿਹੜੇ ਤੁਹਾਡੀਆਂ ਵੈਲਿਊਜ਼ ਆ ਉਹਨਾਂ ਨੂੰ ਇਗਨੋਰ ਨਾ ਕਰੋ ਜੀ ਆਪਣੀ ਲੈਂਗੁਏਜ ਆਪਣਾ ਧਰਮ ਉਹ ਇੱਕ ਲੇਬਲ ਤੱਕ ਉਹਨੂੰ ਰੱਖੋ ਲੇਕਿਨ ਇਹ ਨਾ ਮਤ ਸਮਝੋ ਕਿ ਇਸ ਮੁਲਕ ਦੇ ਵਿੱਚ ਅਸੀਂ ਰਹਿੰਦੇ ਹੋਏ ਅਸੀਂ ਡਿਕਟੇਟ ਕਰ ਸਕਾਂਗੇ ਦੂਜੀਆਂ ਕਮਿਊਨਿਟੀਆਂ ਨੂੰ ਜਾਂ ਦੂਜੇ ਲੋਕਾਂ ਨੂੰ ਰਲ ਮਿਲ ਕੇ ਰਹੋਗੇ ਤਾਂ ਫਾਇਦਾ ਰਹੇਗਾ ਨਹੀਂ ਤਾਂ ਆਉਣ ਵਾਲੇ ਵਕਤ ਦੇ ਵਿੱਚ ਸ਼ਾਇਦ ਮੈਂ ਨਾ ਵੀ ਹੋਵਾਂ ਸ਼ਾਇਦ ਤੁਸੀਂ ਵੀ ਨਾ ਹੋਮੋ ਦੇਖਣ ਲਈ ਤਾਂ ਉਹਦੇ ਨਾਲ ਆਉਣ ਵਾਲੀ ਜਨਰੇਸ਼ਨ ਲਈ ਅਸੀਂ ਕੋਈ ਬਦਿਆ ਰਾ ਛੱਡ ਕੇ ਨਹੀਂ ਜਾਵਾਂਗੇ ਜੇ ਅਸੀਂ ਇੱਛੇ ਦੇ ਹਾਲਾਤ ਦੇ ਵਿੱਚ ਆਪਣੇ ਆਪ ਨੂੰ ਨਹੀਂ ਢਾਲਾਂਗੇ ਸੋ ਦੋਸਤੋ ਇਹ ਅਨ ਸਾਡੇ 5 ਵਾਰ ਪੰਜਾਬੀਆਂ ਦੇ ਪ੍ਰਤੀਨਿਧ ਰਹਿ ਚੁੱਕੇ ਵ੍ਰਿੰਦਰ ਸ਼ਰਮਾ ਜੀ ਜਿਨ੍ਹਾਂ ਨੇ ਮੈਂਬਰ ਪਾਰਲੀਮੈਂਟ ਵਜੋਂ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ ਇਹਨਾਂ ਦੇ ਜੀਵਨ ਸੰਘਰਸ਼ ਨੂੰ ਤੁਹਾਡੇ ਨਾਲ ਰੂਬਰੂ ਕਰਨ ਦੀ ਛੋਟੀ ਜੀ ਕੋਸ਼ਿਸ਼ ਕੀਤੀ ਆ ਆਉਣ ਵਾਲੇ ਸਮਾਂ ਦੇ ਵਿੱਚ ਜਦੋਂ ਵੀ ਦੁਬਾਰਾ ਮੌਕਾ ਮਿਲਿਆ ਸ਼ਰਮਾ ਜੀ ਤੋਂ ਉਹਨਾਂ ਦਾ ਟਾਈਮ ਲੈ ਕੇ ਫਿਰ ਵੱਡੀਆਂ ਗੱਲਾਂ ਬਾਤਾਂ ਕਰਾਂਗੇ ਅੱਜ ਦੇ ਲਈ ਇੰਨੀ ਹੀ ਖਿਮਾ ਜਾਂਚਣਾ ਮਿਲਦੇ ਹਾਂ ਫਿਰ ਧੰਨਵਾਦ